ਤਰਨਤਾਰਨ ਇਲਾਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਸਰਗਰਮ ਗਿਰੋਹ ਦੇ 4 ਮੈਂਬਰਾਂ ਨੂੰ ਦਬੋਚਣ ਵਿੱਚ ਸੀਆਈਏ ਸਟਾਫ ਤਰਨਤਾਰਨ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਮੌਕੇ ਤੇ ਬੋਲਦਿਆਂ ਡੀਐਸਪੀ ਦੀ ਤਰਨਤਾਰਨ ਨੇ ਦੱਸਿਆ ਕਿ ਇਹ ਗਿਰੋਹ ਪਿਛਲੇ ਸਮੇਂ ਵਿੱਚ ਕਾਫੀ ਸਰਗਰਮ ਸੀ ਅਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਬੀਤੇ ਦਿਨੀ ਇਹ ਗਿਰੋਹ ਕਿਸੇ ਵੱਡੀ ਵਾਰਦਾਤ ਦੀ ਸਲਾਹ ਬਣਾ ਰਹੇ ਸਨ ਅਤੇ ਪੁਲਿਸ ਵੱਲੋਂ ਰੇਡ ਕਰਦਿਆਂ ਅਰਵਿੰਦਰ ਸਿੰਘ ਬਿੱਲੀ, ਗੁਰਸੇਵਕ ਸਿੰਘ ਕਾਲਾ ਕੋਲੋਂ ਰਿਵਾਲਵਰ 32 ਬੋਰ ਅਤੇ ਆਕਾਸ਼ਦੀਪ ਸਿੰਘ ਸੋਨੂ ਸਿੰਘ ਉਰਫ ਲਾਲਾ ਨੂੰ ਕਾਬੂ ਕਰ ਇਨ੍ਹਾਂ ਖਿਲਾਫ ਬੰਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕੀ ਕਾਰਵਾਈ ਅਮਲ ਚ ਲੈਂਦੀ ਗਈ, ਜਿਹੜੇ ਮੁਲਜ਼ਮ ਫੜੇ ਗਏ ਕੀ ਮੁਲਜ਼ਮ ਨੇ ਤੇ ਕੀ ਰਕਬੀ ਹੈ? ਮਾਣਯੋਗ ਐਸਐਸਪੀ ਤਰਨਤਾਰਨ ਸ਼੍ਰੀ ਧਰਮੋਹਨ ਨਿਬਲੇ ਤੇ ਐਸਪੀਡੀ ਸ਼੍ਰੀ ਜਗਜੀਤ ਵਾਲੀਆ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜੀਤ ਸਿੰਘ ਸੀਆਈਏ ਤਰਨਤਾਰਨ ਵੱਲੋਂ ਇੱਕ ਮੁਖਬਰੀ ਮਿਲ ਦੇ ਇੱਕ ਪਰਚਾ ਦਰਜ ਕੀਤਾ ਗਿਆ ਔਰ ਇਸ ਮੁਕੱਦਮੇ ਦੀ ਤਫਤੀਸ਼ ਅਧੀਨ ਦੋਸ਼ੀ ਰਵਿੰਦਰ ਸਿੰਘ, ਗੁਰਸੇਵਕ ਸਿੰਘ, ਆਕਾਸ਼ਦੀਪ ਸਿੰਘ ਅਤੇ ਸੋਨੂ ਸਿੰਘ ਜੋ ਇੱਕ ਗਰੋਹ ਦੇ ਮੈਂਬਰ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਕੋਲ 2 ਪਿਸਟਲ ਔਰ 2 ਦਾਤਰ ਬਰਾਮਦ ਕੀਤੇ ਨੇ ਜਦਕਿ ਇਹਨਾਂ ਦੇ 2 ਸਾਥੀ ਅਜੇ ਫਰਾਰ ਚੱਲੇ ਆ ਰਹੇ ਨੇ। ਇਹਨਾਂ ਦੋਸ਼ੀਆਂ ਵੱਲੋਂ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਲੁੱਟਖੋਰੀਆਂ ਕੀਤੀਆਂ ਗਈਆਂ ਹਨ। ਇਹਨਾਂ ਵਾਰਦਾਤਾਂ ਵਿੱਚੋਂ ਇੱਕ ਮੇਨ ਵਾਰਦਾਤ ਹੋਰ ਕਲੀਅਰ ਹੋਈ ਹੈ ਕਿ ਇਹਨਾਂ ਨੇ ਮਿਤੀ 26/8/20 ਨੂੰ ਪਿੰਡ ਸਖੀਰਾ ਲਾਗੇ ਜੋ ਮੁਕੱਦਮਾ GRP ਵੱਲੋਂ ਦਰਜ ਕੀਤਾ ਗਿਆ ਲੁੱਟਖੋਹ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਮਾਰੀ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਸ ਮੁਕੱਦਮੇ ਦੀ ਤਫਤੀਸ਼ ਅਧੀਨ ਅਸੀਂ ਇਹਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਰਹੇ ਹਾਂ। ਇਹਨਾਂ ਕੋਲੋਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਕਲੀਅਰ ਹੋਣ ਦੀ ਆਸ ਹੈ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਤਰਨਤਾਰਨ ਤੋਂ ਰਿਸ਼ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ।